ਇਹਨਾਂ ਹੋਮਗਾਰਡਸ ਦੀ ਗੁੰਡਾਗਰਦੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਹਨਾਂ ਦੋਵਾਂ ਨੇ ਇੱਕ ਵਿਅਕਤੀ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਵਿਅਕਤੀ ਨੂੰ ਖੂਬ ਲੱਤਾਂ ਮਾਰੀਆਂ, ਥੱਪੜ ਮਾਰਿਆ ਤੇ ਘਸੂਨ ਮਾਰ ਮਾਰ ਕੇ ਕੁੱਟਿਆ ਤੇ ਰਾਈਫਲ ਦੇ ਬੱਟ ਵੀ ਮਾਰੇ ਗਏ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ SDM ਦਫ਼ਤਰ ਜੰਗ ਦਾ ਅਖਾੜਾ ਬਣਿਆ ਜਦੋਂ ਇਹਨਾਂ ਦੋਵੇਂ ਸਿਕਿਉਰਿਟੀ ਗਾਰਡਸ ਵੱਲੋਂ ਇਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਜਦ SDM ਦਫ਼ਤਰ ਦੇ ਬਾਹਰ ਹੋਮ ਗਾਰਡਸ ਇਸ ਵਿਅਕਤੀ ਦੀ ਕੁੱਟਮਾਰ ਕਰ ਰਹੇ ਸਨ ਤਾਂ ਪਬਲਿਕ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ, ਪਰ ਕਿਸੇ ਵੱਲੋਂ ਇਹਨਾਂ ਨੂੰ ਰੋਕਿਆ ਨਹੀਂ ਗਿਆ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਕੁੱਟਮਾਰ ਕਿਉਂ ਕੀਤੀ ਗਈ ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਤਸਵੀਰਾਂ 'ਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਵਿਅਕਤੀ ਦੇ ਇਹ ਦੋਵੇਂ ਹੋਮ ਗਾਰਡਸ ਕੁੱਟਮਾਰ ਕਰ ਰਹੇ ਨੇ, ਥੱਪੜ ਮਾਰ ਰਹੇ ਨੇ, ਘਸੁੰਨ ਮਾਰ ਰਹੇ ਨੇ ਤੇ ਇੱਥੋਂ ਤੱਕ ਉਸਦੇ ਰਾਈਫਲ ਦੇ ਬੱਟ ਵੀ ਮਾਰੇ ਜਾ ਰਹੇ ਨੇ ਅਤੇ ਜਿਵੇਂ ਤਿਵੇਂ ਕਰਕੇ ਉਹ ਆਪਣੇ ਆਪ ਨੂੰ ਬਚਾਉਣ ਦਾ ਨਜ਼ਰ ਆ ਰਿਹਾ। ਇਹਨਾਂ ਹੋਮਗਾਰਡਸ ਦੀ ਗੁੰਡਾਗਰਦੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਹਨਾਂ ਦੋਵਾਂ ਨੇ ਇੱਕ ਵਿਅਕਤੀ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਵਿਅਕਤੀ ਨੂੰ ਖੂਬ ਲੱਤਾਂ ਮਾਰੀਆਂ, ਥੱਪੜ ਮਾਰਿਆ ਤੇ ਘਸੁੰਨ ਮਾਰ ਮਾਰ ਕੇ ਕੁੱਟਿਆ ਤੇ ਰਾਈਫਲ ਦੇ ਬੱਟ ਵੀ ਮਾਰੇ ਗਏ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ SDM ਦਫ਼ਤਰ ਜੰਗ ਦਾ ਅਖਾੜਾ ਬਣਿਆ ਜਦੋਂ ਇਹਨਾਂ ਦੋਵੇਂ ਸਿਕਿਉਰਿਟੀ ਗਾਰਡਸ ਵੱਲੋਂ ਇਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਜਦ SDM ਦਫ਼ਤਰ ਦੇ ਬਾਹਰ ਹੋਮ ਗਾਰਡਸ ਇਸ ਵਿਅਕਤੀ ਦੀ ਕੁੱਟਮਾਰ ਕਰ ਰਹੇ ਸਨ ਤਾਂ ਪਬਲਿਕ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ, ਪਰ ਕਿਸੇ ਵੱਲੋਂ ਇਹਨਾਂ ਨੂੰ ਰੋਕਿਆ ਨਹੀਂ ਗਿਆ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਕੁੱਟਮਾਰ ਕਿਉਂ ਕੀਤੀ ਗਈ ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਤਸਵੀਰਾਂ 'ਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਵਿਅਕਤੀ ਦੇ ਇਹ ਦੋਵੇਂ ਹੋਮ ਗਾਰਡਸ ਕੁੱਟਮਾਰ ਕਰ ਰਹੇ ਨੇ, ਥੱਪੜ ਮਾਰ ਰਹੇ ਨੇ, ਘਸੁੰਨ ਮਾਰ ਰਹੇ ਨੇ ਤੇ ਇੱਥੋਂ ਤੱਕ ਉਸਦੇ ਰਾਈਫਲ ਦੇ ਬੱਟ ਵੀ ਮਾਰੇ ਜਾ ਰਹੇ ਨੇ ਅਤੇ ਜਿਵੇਂ ਤਿਵੇਂ ਕਰਕੇ ਉਹ ਆਪਣੇ ਆਪ ਨੂੰ ਬਚਾਉਣ ਦਾ ਨਜ਼ਰ ਆ ਰਿਹਾ।